केंद्र सरकार द्वारा बनाए गए खेती कानूनों को लेकर किसानों द्वारा लगातार दिल्ली में संघर्ष किया जा रहा है और अब किसानों द्वारा आरोप लगाए जा रहे हैं कि केंद्र सरकार के कहने पर भाजपा वर्करों द्वारा किसानों पर हमला किया जा रहा है और किसानी आंदोलन को खराब करने के लिए केंद्र सरकार द्वारा साजिश रची जा रही है। इसी कारण आज गांव गोसाईपुर की पंचायत में रहने वाले समस्त किसानों ने भाजपा का दामन छोड़ दिया। इस संबंधी जानकारी देते हुए किसानों ने कहा कि दिल्ली में किसानी संघर्ष को बदनाम करने के लिए केंद्र सरकार द्वारा साजिश रची जा रही है और केंद्र सरकार द्वारा आंदोलन को खत्म करने के लिए आंदोलन में शामिल किसानों पर भाजपा वर्करों द्वारा हमले किए जा रहे हैं, इसलिए आज हम सभी लोग भाजपा को अलविदा कहने आए हैं। ਮੇਰਾ ਨਾਮ ਜੀ ਕਰਨੈਲ ਸਿੰਘ। ਹਾਂਜੀ ਸਰ, ਇਹ ਜਿਹੜੀ ਬੀਜੇਪੀ ਸਰਕਾਰ ਤੁਸੀਂ ਛੱਡਣ ਦੇ ਹੋ, ਕਿਹੜੀ ਗੱਲੋਂ ਛੱਡਣ? ਇਹਨਾਂ ਦੀਆਂ ਮਾੜੀ ਨੀਤੀਆਂ ਨੂੰ ਛੱਡ ਰਹੇ, ਮਾੜੀ ਨੀਤੀਆਂ ਇਹਨਾਂ ਦੀਆਂ। ਇਹਨਾਂ ਨੇ ਜੋ ਕਿਸਾਨਾਂ ਦੇ ਨਾਲ ਧੋਖਾ ਕੀਤਾ ਆ, ਜੋ ਇਹਨਾਂ ਦੇ ਪਥਰਾਅ ਕੀਤਾ ਆ, ਜੋ ਇਹਨਾਂ ਦੇ ਲਾਠੀ ਚਾਰਜ ਕੀਤਾ ਆ, ਉਹ ਬੜੇ ਆਰਾਮ ਦੇ ਨਾਲ ਵਾਹਿਗੁਰੂ ਦਾ ਜਾਪ ਕਰ ਰਹੇ ਸੀ, ਸਤਨਾਮ ਵਾਹਿਗੁਰੂ। ਇਹਨਾਂ ਨੇ ਉਹਨਾਂ ਦੇ ਟੈਂਕ ਪਾੜਦੇ, ਉਹਨਾਂ ਦੇ ਪਾਣੀ ਬੰਦ ਕਰਤਾ, ਉਹਨਾਂ ਦੇ ਲਾਠੀਆਂ ਚਲਾਈਆਂ, ਉਹਨਾਂ ਦੇ ਪਥਰਾਅ ਕੀਤਾ ਇਹਨਾਂ ਨੇ, ਉਹ ਸਾਡੇ ਕੋਲ ਸਹਿਣ ਨਹੀਂ ਹੋਇਆ। ਅਸੀਂ ਦੁੱਖ ਦੇ ਮਾਰੇ ਇਸ ਪਾਰਟੀ ਨੂੰ ਆਏ। ਜਿਹੜਾ ਜੇ ਲਾਲ ਕਿਲੇ ਤੇ ਜਿਹੜਾ ਆਪਣੇ ਕਹਿੰਦੇ ਕੇਸਰੀ ਝੰਡਾ ਲਾਇਆ ਗਿਆ, ਠੀਕ ਹੈ, ਇਹ ਕਿਹਦੀ ਆਪਣੇ ਹੈਗੀ? ਦੇਖੋ, ਜਿਹੜਾ ਕੇਸਰੀ ਝੰਡਾ ਨਹੀਂ, ਉਹ ਕੇਸਰੀ ਝੰਡਾ ਗੁਰਦੁਆਰੇ ਵਿੱਚ ਝੰਡੇ ਚੜ੍ਹਦੇ ਨੇ, ਉਹਦਾ ਕੋਈ ਉਹਨਾਂ ਗ੍ਰਹਿ ਨਹੀਂ ਕੀਤਾ, ਕੋਈ ਗੱਲ ਨਹੀਂ, ਉਹ ਵੀ ਸਰਕਾਰ ਦਾ ਕਸੂਰ ਹੈ। ਸਰਕਾਰ ਨੇ ਉਸ ਬੰਦੇ ਨੂੰ ਚਾਲੇ ਪਾਇਆ, ਉਹਨਾਂ ਨੂੰ ਕੀ ਪਤਾ ਕਿੱਧਰ ਨੂੰ ਜਾਣਾ। ਸਾਰੇ ਇਹ ਮਿਲੀ ਭਗਤਾਂ ਦੀ ਜੋ ਕਰ ਰਹੀ ਹੈ, ਇਹ ਗੁੰਡਾ ਰਾਜ ਹੈ। ਦੇਖਿਆ ਜਾਏ ਟਰੈਕਟਰ ਮਾਰਚ ਨਿਕਲਿਆ ਸੀ, ਜਿਹੜੇ ਜਿਹੜੇ ਰੋਡ ਤੇ ਬੈਰੀਕੇਡ ਨਹੀਂ ਲਾਣੇ ਜਾਏ, ਉਸ ਰੋਡ ਤੇ ਉਹਨਾਂ ਨੇ ਰਾਏ ਕੀ ਆਈ ਹੋਈ ਦੇ ਬੁਲਦੇ ਦੇ 40 ਰੁਪਏ ਸਰਕਾਰ ਦੀ ਵੀ ਉਹਨਾਂ ਨੂੰ ਗਲਤ ਮੰਨਿਆ ਨਾ। ਤੋਂ ਸਰ ਕੀ ਨਾਮ ਆਪਣਾ? ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜੀ। ਹਾਂਜੀ ਸਰ, ਇਹ ਜਿਹੜੀ ਬੀਜੇਪੀ ਸਰਕਾਰ ਆ, ਹੁਣ ਤੁਸੀਂ ਛੱਡਣਾ ਚਾਹੁੰਦੇ ਹੋ, ਕਿਹੜੀ ਗੱਲ? ਸਾਰੇ ਕਿਸਾਨੀ ਮੁੱਦੇ ਤੇ ਬੀਜੇਪੀ ਦਾ ਸਾਥ ਛੱਡਣ ਦੇ ਜੀ। ਤੇ ਸਰ, ਤੁਸੀਂ ਜੇਕਰ ਹੁਣ ਕਿਸਾਨ ਦਾ ਮੁੱਦਾ ਹੱਲ ਹੋ ਜਾਂਦਾ ਹੈ, ਬੀਜੇਪੀ ਸਰਕਾਰ ਜਿਹੜੇ ਬਿੱਲ ਹੈ ਰੱਦ ਕਰ ਦਿੰਦੀ ਹੈ, ਤੁਹਾਡਾ ਮੁੜ ਕੇ ਵਿਚਾਰ ਬਣ ਸਕਦਾ ਹੈ? ਸਾਰਾ ਉਹੀ ਉਹਦੇ ਨਾਲ ਚੱਲਾਂਗੇ ਜਿਹੜਾ ਹੁਣ ਕਿਸਾਨੀ ਨਾਲ ਚੱਲੇਗਾ ਜੀ, ਜਿਹੜੀ ਪਾਰਟੀ ਕਿਸਾਨਾਂ ਨਾਲ ਚੱਲੇਗੀ ਉਹਦੇ ਨਾਲ ਹੀ ਖੜਨਾ। ਦੇਖਿਆ ਜੇ ਕਹਿੰਦੇ ਬੀਜੇਪੀ ਦਾ ਆਪਣੇ ਕਿਰਨ ਦੇ ਕਿਸਾਨਾਂ ਦਾ ਜਿਹੜਾ ਕੇਸਰੀ ਝੰਡਾ ਜਿਹੜਾ ਲਾਲ ਕਿਲੇ ਤੇ ਲਾਇਆ ਗਿਆ ਸੀ, ਤੇ ਕੀ ਆਪਣੇ ਬੀਜੇਪੀ ਸਰਕਾਰ ਦੀ ਹੀ ਜਾਂ ਤੇ ਆਪਣੇ ਕਿਸਾਨਾਂ ਦਾ ਹੀ? ਇਹ ਸਾਰੇ ਬੀਜੇਪੀ ਨੇ ਕਰਾਇਆ, ਜੋ ਕਰਾਇਆ ਨਾਲ ਕਿ ਕਿਸਾਨਾਂ ਦਾ ਕੋਈ ਨਿਸ਼ਾਨ ਸਾਹਿਬ ਆ, ਕੋਈ ਗਲਤ ਥੋੜ੍ਹਾ ਕੀਤਾ ਹੋਣਾ। ਨਿਸ਼ਾਨ ਸਾਹਿਬ ਆ, ਝੰਡਾ ਚੜ੍ਹੇ ਤਾਂ ਕਿ ਕੋਈ ਝੰਡਾ ਤੂੰ ਪੈਰਾਂ ਥੋੜ੍ਹਾ ਰੋਲਿਆ ਦਾ ਆਪਣਾ ਤਿਰੰਗੇ ਦਾ। ਵੀਰ ਜੀ, ਤੁਸੀਂ ਅੱਜ ਇੱਥੇ ਸਾਰੇ ਨੌਜਵਾਨ। ਸਰ, ਸਾਡਾ ਕਹਿਣਾ ਇਹ ਹੈਗਾ ਕਿ ਜਿਹੜੀ ਸਾਡੀ ਕਿਸਾਨੀ ਆ, ਸੋਚੋ ਅੱਜ ਜੇ 100 ਰੁਪਇਆ ਇੱਕ ਬੰਦਾ ਕਮਾ ਰਿਹਾ, ਸਾਡੇ ਪੁੱਧਰ ਦੇਸ਼ ਅਗਰ 100 ਰੁਪਇਆ ਕਮਾ ਰਿਹਾ, ਸੋਚੋ 44 ਰੁਪਏ ਕਿਸਾਨ ਦੇ ਰਿਹਾ ਉਹਨਾਂ ਨੂੰ, ਅਤੇ ਅਗਰ ਉਹ ਵੀ ਸਾਡੇ ਦੇਸ਼ ਦੇ ਜਿਹੜਾ 44 ਰੁਪਏ ਜਿਹੜਾ ਉਹ ਵੀ ਸਾਡੇ ਦੇਸ਼ ਦਾ 44 ਰੁਪਏ ਜੇ ਸਾਨੂੰ ਸੈਂਟਰ ਦੇ ਹਿਸਾਬ ਨਾਲ ਆਪਾਂ ਚੱਲਾਂਗੇ, ਅਤੇ ਉਹ ਤਾਂ ਸਰ ਸਿਸਟਮ ਨਹੀਂ ਚੱਲਣਾ। ਸਰ, ਐਗਰੀਕਲਚਰ ਸਭ ਤੋਂ ਪਹਿਲਾਂ ਇਹਨਾਂ ਨੂੰ ਸਟੇਟ ਸਬਜੈਕਟ ਹੈਗਾ, ਲੇਕਿਨ ਸਰ ਇਹਨਾਂ ਨੇ ਸੈਂਟਰ ਦਾ ਕਿੱਦਾਂ ਹੱਥ ਪੈ ਗਿਆ ਕਿ ਸੈਂਟਰ ਇਹ ਕੰਮ ਕਰ ਸਕਦੀ ਹੈ? ਸਰ, ਐਗਰੀਕਲਚਰ ਸਟੇਟ ਸਬਜੈਕਟ ਹੋਣ ਦੇ ਬਾਵਜੂਦ ਇਹਨਾਂ ਨੇ ਇਸ ਕੀ ਕਹਿੰਦੇ ਆ, ਇਹਨੂੰ ਕੀਤਾ, ਸੰਸ਼ੋਧਨ ਕੀਤਾ ਬਿੱਲ ਦੇ ਵਿੱਚ। ਸਰ, ਰਾਜ ਸਭਾ ਦੇ ਵਿੱਚ ਜਦੋਂ ਬਿੱਲ ਪਾਸ ਹੋਇਆ ਸੀਗਾ, ਉਦੋਂ ਨੋ ਸਾਊਂਡ ਵੋਟ ਦੇ ਥਰੂ ਬਿੱਲ ਪਾਸ ਹੋਇਆ ਸੀਗਾ। ਸਰ, ਉਦੋਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਅੱਜ ਸਰ ਮੈਂ ਵੀ ਕਹਿੰਦਾ ਸਰ, ਕੀ ਕਹਿੰਦੇ ਆ ਕਿ ਇਹ ਜੋ ਹੋਇਆ ਦਿੱਲੀ ਦੇ ਵਿੱਚ ਹੋਇਆ, ਸਾਨੂੰ ਸਰ ਗੋਦੀ ਮੀਡੀਆ ਕੀ ਦੱਸਦਾ ਉਹ ਸਾਰਿਆਂ ਨੂੰ ਪਤਾ। ਸਾਨੂੰ ਅਸੀਂ ਇਹ ਨਹੀਂ ਕਹਿ ਸਕਦੇ ਕਿ ਗਲਤ ਹੈ ਜਾਂ ਸਹੀ ਹੈ, ਠੀਕ ਹੈ। ਨਿਸ਼ਾਨ ਸਾਹਿਬ ਸਰ, ਅੱਜ ਨਿਸ਼ਾਨ ਸਾਹਿਬ ਹਰ ਗੁਰਦੁਆਰੇ ਨਿਸ਼ਾਨ ਸਾਹਿਬ ਲੱਗਾ ਹੋਇਆ, ਹਰ ਗੁਰਦੁਆਰੇ ਨਿਸ਼ਾਨ ਸਾਹਿਬ ਲੱਗਾ ਹੋਇਆ, ਠੀਕ ਹੈ ਸਰ। ਮੌਕਾ ਨਹੀਂ ਸੀ ਸਹੀ, ਕੋਈ ਲੋਕ ਵਿੱਚ ਟੰਗ ਖਿੱਚਣ ਵਾਲੇ ਹੁੰਦੇ, ਆਪਾਂ ਨਾਮ ਨਹੀਂ ਲੈਣਾ ਉਹਨਾਂ ਦਾ। ਇਸ ਵਕਤ ਸਰ ਵੀ ਮਾਇੰਡ ਡਾਈਵੀਏਟ ਕਰਨ ਵਾਲੀ ਗੱਲ ਹੈ, ਮਾਇੰਡ ਡਾਈਵੀਏਟ ਕਰਨ ਕੀ ਕੋਈ ਗੱਲ ਨਹੀਂ ਹੈ। ਕਿਸਾਨ ਦੇ ਨਾਲ ਆਪਾਂ, ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਦਾ ਜਿਹੜੇ ਸਾਡੇ ਅੰਨ ਦਿੱਤਾ, ਆਪਾਂ ਉਹਨਾਂ ਦਾ ਖਾਣਾ। ਅਤੇ ਸਰ ਆਪਾਂ ਜੇ ਅਗਰ ਉਹਨਾਂ ਕੀ ਕਹਿੰਦੇ ਆ ਸੈਂਟਰ ਦਾ, ਸੈਂਟਰ ਨੇ ਸਰ ਪਹਿਲਾਂ ਵੀ ਗਲਤ ਕੰਮ ਕੀਤੇ ਸੀਗੇ, ਪ੍ਰਾਈਵੇਟਾਈਜੇਸ਼ਨ ਸਰ ਸਾਰੀ ਉਹਨਾਂ ਨੇ ਕੀਤੀ ਆ। ਅੱਜ ਸਰ ਕਿਸੇ ਨੂੰ ਪਤਾ ਪੁੱਛ ਲਓ, ਸਰ ਲਾਲ ਕਿਲੇ ਦੀ ਗੱਲ ਕਰਦੇ ਆ, ਸਰ ਦਾਲਮੀਆ ਕੰਪਨੀ ਨੂੰ ਸਰ 2018 ਦੇ ਵਿੱਚ ਵੇਚਿਆ ਹੋਇਆ ਸਰ ਇਹਨਾਂ ਨੇ, ਤਾਂ ਕਿੱਥੇ ਸੀਗੀ ਲੋਕਾਂ ਦੀ ਭਗਤੀ, ਕਿੱਥੇ ਸੀਗੀ ਤਾਂ ਲੋਕਾਂ ਦੀ ਭਗਤੀ? ਅਤੇ ਹੁਣ ਤੁਸੀਂ ਵੀ ਸਾਨੂੰ ਇਸ ਵਕਤ ਨਾ ਬੀਜੇਪੀ ਨਾਲ ਮਤਲਬ, ਨਾ ਸਾਨੂੰ ਕਾਂਗਰਸ ਨਾਲ ਮਤਲਬ, ਸਾਨੂੰ ਕਿਸੇ ਪਾਰਟੀ ਨਾਲ ਮਤਲਬ ਨਹੀਂ। ਸਾਡੀ ਕਿਸਾਨੀ ਅੰਦੋਲਨ ਹੈ ਜਿਹੜਾ, ਉਹਦੇ ਵਿੱਚ ਆਪਾਂ ਸੰਘਰਸ਼ ਦੇ ਵਿੱਚ ਉਦੋਂ ਤੱਕ ਡਟੇ ਰਹਾਂਗੇ ਜਦੋਂ ਤੱਕ ਸਾਡੇ ਬਿੱਲ 3 ਵਾਪਸ ਨਹੀਂ ਹੋਣਗੇ। ਅਸੀਂ ਤਾਂ ਹੀ ਆਏ ਹਾਂ ਇੱਥੇ, ਸਾਡੇ ਬਾਪੂ ਜੀ ਨੇ ਅਗਰ ਇਹ ਕੀਤੀ ਆ, ਇਹ ਕੀ ਕਹਿੰਦੇ ਆ, ਉਹਨਾਂ ਨੇ ਕੁਰਬਾਨੀ ਦਿੱਤੀ ਆ, ਉਹਨਾਂ ਦੀ ਮੁੱਢ ਤੋਂ ਉਹਨਾਂ ਨੇ ਬੀਜੇਪੀ ਦੇ ਨਾਲ ਸਮਰਥਨ ਦਿੱਤਾ, ਅਤੇ ਅੱਜ ਉਹਨਾਂ ਨੇ ਜੇ ਕੁਰਬਾਨੀ ਦਿੱਤੀ ਆ, ਤਾਂ ਹੀ ਆਪਾਂ ਉਹਨਾਂ ਦੇ ਨਾਲ ਆਏ ਹਾਂ। ਕਿਸਾਨੀ ਏਕਤਾ ਜ਼ਿੰਦਾਬਾਦ ਸੀ ਅਤੇ ਰਹੇਗੀ, ਲੋਕਾਂ ਨੇ ਬਹੁਤ ਕੁਝ ਕਹਿਣਾ, ਕਿਸਾਨੀ ਏਕਤਾਬਾਦ ਜ਼ਿੰਦਾਬਾਦ ਸੀ ਅਤੇ ਰਹੇਗੀ। ਸਰ, ਇੱਕ ਗੱਲ ਤੁਹਾਨੂੰ ਆਪਾਂ ਕਹਿਣ ਲੱਗੇ ਹਾਂ, ਤੁਸੀਂ ਗੱਲ ਕਹੀ ਆ ਸ਼ਹੀਦੀ ਦੀ। ਸਰ, ਲੋਕਾਂ ਨੂੰ ਪਹਿਲਾਂ ਵੀ ਸਿੱਖਾਂ ਨੇ ਹੀ ਸਾਰੇ ਹੱਕ ਦਵਾਏ ਆ, ਅਤੇ ਅੱਜ ਵੀ ਸਿੰਘਾਂ ਨੇ ਹੀ ਹੱਕ ਦਵਾਉਣੇ। ਸਰ, ਪਹਿਲਾਂ ਵੀ ਸਿੰਘਾਂ ਨੇ ਹੱਕ ਦਵਾਏ ਸੀਗੇ, ਅੱਜ ਵੀ ਸਿੰਘਾਂ ਨੇ ਹੱਕ ਦਵਾਉਣੇ। ਤੁਸੀਂ ਗੱਲ ਕਰਦੇ ਹੋ ਕਿ ਬਿੱਲਾਂ ਦੀ, ਬਿੱਲ ਦੀ ਸਰ, ਜਿਹੜੇ ਲੋਕ ਕਹਿੰਦੇ ਆ ਨਾ ਬੀਜੇਪੀ ਵਾਲੇ ਕਿ ਬਿੱਲਾਂ ਦੀ, ਸਰ ਉਹਨਾਂ ਨੂੰ 3 ਬਿੱਲਾਂ ਦੇ ਨਾਮ ਨਹੀਂ ਪਤਾ ਹੋਣੇ, 3 ਬਿੱਲਾਂ ਦੇ ਨਾਮ ਨਹੀਂ ਪਤਾ ਹੋਣੇ। ਸਰ, ਮੈਂ ਸਰ ਜੇ ਸਮਝਾਉਣ 'ਤੇ ਆ ਗਿਆ ਬਿੱਲਾਂ ਨੂੰ, 1.5 ਘੰਟਾ ਲੱਗ ਜਾਣਾ ਸਰ ਬਿੱਲਾਂ ਨੂੰ ਸਮਝਾਉਣ ਨੂੰ।
ਅਸੈਂਸ਼ੀਅਲ ਅਸੈਂਸ਼ੀਅਲ ਕਮੋਡਿਟੀਜ਼ ਐਕਟ, ਸਟਾਕ ਮਾਰਕੀਟਿੰਗ, ਸਟਾਕ ਕਿਉਂ ਰੱਖ ਰਿਹਾ ਹੈ, ਟਰੇਡ ਕਮਰਸ ਐਕਟ, ਟਰੇਡ ਕਮਰਸ ਐਕਟ ਹੈ ਸਰ, ਪਹਿਲਾਂ ਟਰੇਡ ਕਮਰਸ ਐਕਟ ਹੈ ਸਰ। ਅਗਰ ਪੈਰਲਲ ਮੰਡੀ ਲਾ ਜਾਣਗੇ, ਪਹਿਲੀ ਜਿਹੜੀ ਮੰਡੀ ਹੈਗੀ ਆ ਉਹਦੇ ਵਿੱਚ ਪੋਲੀਟੀਕਲ ਜਿਹੜੀ ਇਨਵੋਲਵਮੈਂਟ ਆ ਉਹਨੂੰ ਠੀਕ ਕਰੋ, ਲੇਕਿਨ ਸਰ ਉਹ ਚੀਜ਼ਾਂ ਕਰਦੇ ਨਹੀਂ। ਰਾਗੀ ਹੋਮ ਡੈਕੋਰ, ਗਿਵ ਯੋਰ ਹੋਮ ਆਫਿਸਿਸ ਇੰਟੀਰੀਅਰ ਐਂਡ ਐਕਸਟੀਰੀਅਰ ਵਾਲ ਸੀਲਿੰਗ ਫਰਨੀਚਰ and door panel an elegant look. Expert in UV PVC wall wallpapers partition jali wood flooring. Aapki kalpanik soch ko utare aakar mein aur aakar savare aapke gharon daftaron aur kisi bhi prakar ke vyavsayik sthalon ko 100% eco-friendly, 100% moisture-proof, 100% termite-proof, excellent weatherability, sound reducing, fire retardant, recyclable and lightweight, jaisi khubiyon se bhari sheets, behtar va aadhunik pasand ke liye yaad rakhein, Ragi Home Decor, care of Ragi Distributors and Promoters, Ward Number 11, near Novelty Mall, Mamoon Road, Pathankot, contact us on 9540066113.